ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਦੋ ਲੋਕਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਇਆ SP ਡੀ ਰਕੇਸ਼ ਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਬੜਾਲੀ ਸਿੰਘ ਵਾਲਾ ਵਿਅਕਤੀ ਅੰਕੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਾਲ ਆਉਂਦੇ ਨੇ ਅਤੇ ਉਹਨਾਂ ਨੂੰ ਡਰਾਉਣ ਦੇ ਲਈ ਪਿੰਡ ਦੇ ਵਿੱਚ ਰਾਤ ਉਹਨਾਂ ਦੇ ਘਰ ਵਿੱਚ ਫਾਇਰਿੰਗ ਕੀਤੀ ਗਈ, ਜਿਸ ਦੇ ਤਹਿਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ, ਫੋਨ ਕਾਲ 'ਤੇ ਐਕਸਟੋਰਸ਼ਨ ਦੀ ਧਮਕੀ ਦੀ ਕੰਪਲੇਂਟ ਮਿਲੀ ਸੀ। ਬੜਾਲੀ ਆਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸਨੂੰ ਫੋਨ 'ਤੇ ਰਾਹੀਂ ਧਮਕੀ ਮਿਲੀ ਸੀ। ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸਨੂੰ ਅੰਜਾਮ ਦੇਣ ਵਾਸਤੇ ਜਾਂ ਉਸਨੂੰ ਡਰਾਉਣ ਵਾਸਤੇ ਔਰ ਉਹਦੇ ਮਨ 'ਚ ਬਹਿ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ। ਜਦੋਂ ਇਹ ਸ਼ਿਕਾਇਤ ਮਿਲੀ, ਟੀਮ ਦਾ ਗਠਨ ਹੋਇਆ, ਇਹਨਾਂ ਦੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਇਹੀ ਸੀਗੇ ਕਿ ਇਸ ਮੁਕੱਦਮੇ ਨੂੰ ਜਿੰਨਾ ਛੇਤੀ ਤੋਂ ਛੇਤੀ ਹੋ ਸਕਦਾ ਇਸ ਲਈ ਤਾਂ ਕਿ ਬੰਦੇ ਕਿਸੇ ਹੋਰ ਨੂੰ ਜਾਂ ਕੋਈ ਹੋਰ ਇਲਜ਼ਾਮ ਨਾ ਦੇ ਸਕੇ ਇਸ ਦੇ ਉੱਤੇ ਕਾਰਵਾਈ ਕਰੇ। SHO ਸਾਹਿਬ ਨੇ ਬੜੀ ਦਲੇਰੀ ਨਾਲ ਔਰ ਜਿਹੜੇ ਇਹਨਾਂ ਦੇ ਸੋਰਸਿਸ ਸੀਗੇ, ਜਿਹੜੇ ਹੋਰ ਇਨਪੁੱਟ ਇਹਨਾਂ ਦੇ ਕੋਲ ਸੀਗੇ, ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ, ਉਹ ਸਾਰੇ ਨੂੰ ਦੇਖਦੇ ਹੋਏ ਇਹਨਾਂ ਦੀ ਟੀਮ ਨੇ ਬੜੇ ਕਮ ਟਾਈਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਜਿਹੜੇ ਦੋਨੋਂ ਐਕਿਊਜ਼ ਸੀਗੇ ਇਹਨਾਂ ਦੀ ਅਰੈਸਟ ਕੀਤੀ ਹੈ। ਇਹ ਜਿਹੜੇ ਐਕਿਊਜ਼ ਹੈ ਇਹਦੇ ਵਿੱਚ ਇੱਕ ਹੈਗਾ ਪ੍ਰਿੰਸ, ਜਿਹੜਾ ਪ੍ਰਿੰਸ ਨਾਮ ਦਾ ਬੰਦਾ ਹੈਗਾ, ਉਹ 2-3 ਸਾਲ ਪਹਿਲੇ ਇੱਥੇ ਹੀ ਬੜਾਲੀ ਵਾਲਾ ਸਿੰਘ ਰਹਿੰਦਾ ਸੀ, ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਸੋ ਇਸਨੂੰ ਉਸਦੀ ਜਾਣਕਾਰੀ ਸੀਗੀ ਔਰ ਇਹਨੇ ਫਿਰ ਆਪਣੇ ਨਾਲ ਇੱਕ ਸਤਿੰਦਰ ਸੀਗਾ ਜਿਹੜਾ ਕਿ ਮੁਕਤਸਰ ਦਾ ਰਹਿਣ ਵਾਲਾ, ਉਹਨੂੰ ਆਪਣੇ ਨਾਲ ਰਲਾ ਕਰਕੇ ਫਿਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸਾਡੀ ਜਿਹੜੀ ਟੀਮ ਹੈ, ਜਿਹੜੇ DSP ਸਾਹਿਬ ਦੇ ਸੁਪਰਵਿਜ਼ਨ ਹੇਠ ਇਹ ਸਾਰਾ ਕੰਮ ਹੋਇਆ ਹੈ। ਉਹ SHO ਸਾਹਿਬ ਨੇ ਗੱਡੀ ਜਿਹੜੀ ਰਿਕਵਰ ਇਸਦੇ ਵਿੱਚ ਯੂਜ਼ ਕੀਤੀ ਗਈ ਸੀ I-10, ਉਹ ਗੱਡੀ ਵੀ ਰਿਕਵਰ ਕਰ ਲਈ, ਇਹ ਦੋਨੋਂ ਬੰਦੇ ਵੀ ਫੜ ਲਈ ਹੈ। ਇਹਦੇ ਬਾਅਦ ਇਸ ਜਿਹੜੀ ਇਨਵੈਸਟੀਗੇਸ਼ਨ ਹੈ ਬਾਕੀ ਉਹ ਜਾਰੀ ਹੈ। ਇਹਦੇ 'ਚ ਮੁਕੱਦਮਾ ਜਿਹੜਾ ਹੈ ਉਹ 68 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਸੀ ਅੰਡਰ ਸੈਕਸ਼ਨ ਇਹ ਸੀਗਾ 308 ਔਰ 3/5 BNS ਐਕਟ, ਇਸਦੇ ਅਧੀਨ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਬਾਕੀ ਅੱਗੇ ਵਾਲੀ ਜੋ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ।